ਅਸੀਂ ਇਕੱਲੇ ਕੱਪੜਿਆਂ ਲੀੜਿਆਂ 'ਤੇ ਜਾਂ ਅਸੀਂ ਇਕੱਲੇ ਨਸ਼ਿਆਂ ਵੱਲ ਹੀ ਸਾਡੇ ਨੌਜਵਾਨ ਜਾ ਰਹੇ ਹੈ ਵੀ ਨਸ਼ਿਆਂ ਵੱਲ ਨਾ ਜਾਓ, ਜਾਂ ਤੁਸੀਂ ਜਿਹੜੇ ਕਲਾਕਾਰ ਲੜਦੇ ਤੁਸੀਂ ਉਹਨਾਂ ਨੂੰ ਵੇਖ ਰਹੇ ਹੋ ਇਕੱਲਾ, ਉਹਨਾਂ ਨੂੰ ਲੜਨ ਨਾਲ ਤੁਹਾਨੂੰ ਕੁਛ ਨਹੀਂ ਦੇਣਾ। ਡਰਾਮੇ ਵਾਲੇ ਛੇਤੀ ਅੱਗੇ ਆ ਜਾਂਦਾ ਅਤੇ ਸੱਚਾਈ ਨੂੰ ਅੱਗੇ ਲੈ ਕੇ ਆਓ। ਮਨ ਵਿੱਚ ਕਰਨ ਦੀ ਇੱਛਾ ਹੋਵੇ ਤਾਂ ਬੰਦਾ ਔਖੇ ਤੋਂ ਔਖਾ ਕੰਮ ਵੀ ਕਰ ਦਿੰਦਾ ਹੈ। ਅਜਿਹਾ ਹੀ ਜ਼ਿਲ੍ਹਾ ਮਾਨਸਾ ਦੇ ਪਿੰਡ ਰਾਠੀ ਕਲਾ ਦੇ ਗੁਰਮੀਤ ਸਿੰਘ ਨੇ ਕਰਕੇ ਦਿਖਾਇਆ ਹੈ, ਜਿਸ ਨੇ ਟੁੱਟੀਆਂ ਚੱਪਲਾਂ ਨੂੰ ਲੈ ਕੇ ਆਪਣੀ ਅੰਦਰਲੀ ਕਲਾ ਦਿਖਾਈ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੁਰਮੀਤ ਨੇ ਆਪਣੇ ਹੱਥੀਂ ਕਈ ਟਰੈਕਟਰ, ਬੰਦਾ, ਬੈਲ ਅਤੇ ਪੰਛੀ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਨੇ। ਮੇਰੀ ਸ਼ੌਂਕ ਬਚਪਨ ਤੋਂ ਸੀਗਾ, ਮੈਨੂੰ ਅੱਜ ਦਾਦੇ ਦੀ ਉਮਰ ਬਹੁਤ ਸਾਰੀਆਂ ਕਲਾਕ੍ਰਿਤੀਆਂ ਬਣੀਆਂ। ਇਹਦੇ 'ਚ ਮੈਂ ਸੰਦੇਸ਼ ਇਹ ਦੇਣਾ ਚਾਹੁੰਦਾ ਵੀ ਜਿਹੜੇ ਅੱਜ ਸਾਡੇ ਪੰਜਾਬ ਦੇ ਨੌਜਵਾਨ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਕੰਮ ਲਈ, ਰੁਜ਼ਗਾਰ ਲਈ, ਵੀ ਅਸੀਂ ਇੱਥੇ ਵੀ ਜੇ ਥੋੜ੍ਹਾ ਜਿਹਾ ਹੱਥੀਂ ਮਿਹਨਤ ਕਰੀਏ ਤਾਂ ਸਾਡਾ ਇਸੇ ਵੈਸੇ ਠੀਕ ਹੈ ਵੀ ਸਰਕਾਰਾਂ ਮੁੱਲ ਨਹੀਂ ਪਾਉਂਦੀਆਂ, ਅਸੀਂ ਇਸੇ ਕਰਕੇ ਜਾ ਰਹੇ ਹਾਂ, ਪਰ ਫਿਰ ਵੀ ਜੇ ਅਸੀਂ ਹੱਥੀਂ ਕੰਮ ਕਰੀਏ ਤਾਂ ਜੇ ਅਸੀਂ ਇੱਥੇ ਹੱਥੀਂ ਕਰਾਂਗੇ ਤਾਂ ਹੀ ਅਸੀਂ ਵਿਦੇਸ਼ ਜਾ ਕੇ ਵੀ ਤਾਂ ਵੀ ਸਾਨੂੰ ਹੱਥੀਂ ਕੰਮ ਕਰਨਾ ਪੈਣਾ, ਵੀ ਸਭ ਤੋਂ ਵੱਧ ਅਸੀਂ ਕੰਮ ਨੂੰ ਤਰਜੀਹ ਦੇਈਏ ਆਪਣੇ ਹੱਥੀਂ ਕਰਨ ਲਈ। ਅਸੀਂ ਇਕੱਲੇ ਕੱਪੜਿਆਂ ਲੀੜਿਆਂ 'ਤੇ ਜਾਂ ਅਸੀਂ ਇਕੱਲੇ ਨਸ਼ਿਆਂ ਵੱਲ ਹੀ ਸਾਡੇ ਨੌਜਵਾਨ ਜਾ ਰਹੇ ਹੈ ਵੀ ਨਸ਼ਿਆਂ ਵੱਲ ਨਾ ਜਾਓ, ਜਾਂ ਤੁਸੀਂ ਜਿਹੜੇ ਕਲਾਕਾਰ ਲੜਦੇ ਤੁਸੀਂ ਉਹਨਾਂ ਨੂੰ ਵੇਖ ਰਹੇ ਹੋ ਇਕੱਲਾ, ਉਹਨਾਂ ਨੂੰ ਲੜਨ ਨਾਲ ਤੁਹਾਨੂੰ ਕੁਛ ਨਹੀਂ ਦੇਣਾ, ਤੁਸੀਂ ਵੀ ਲੜਨ ਲੱਗ ਜਾਣਾ, ਤੁਸੀਂ ਕੁਛ ਸਿੱਖਣ ਵਾਸਤੇ ਮਾਂ ਪਿਓ ਦੇ ਜਿਹੜੇ ਚਾਅ ਨੇ, ਜੇ ਬੱਚਾ ਮਾਂ ਪਿਓ ਪਾਲਦਾ ਉਹਨੂੰ ਪੜ੍ਹਾਉਂਦਾ, ਉਹਦੇ ਮਤਲਬ ਜਿਹੜੇ ਸੁਪਨੇ ਹੁੰਦੇ ਆ ਵੀ ਮੇਰਾ ਬੱਚਾ ਵੱਡਾ ਹੋ ਕੇ ਮੇਰੇ ਲਈ ਇਹ ਕਰੂਗਾ ਉਹ ਕਰੂਗਾ ਨਾ, ਸਾਰੇ ਸੁਪਨੇ ਮਾਂ ਪਿਓ ਦੇ ਪੂਰੇ ਕਰੋ। ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਮਾਂ ਬਾਪ ਹੈ ਉਹ ਤੁਹਾਡਾ ਰੱਬ ਹੈ, ਮਾਂ ਬਾਪ ਦਾ ਜਿੰਨਾ ਵੀ ਹੋ ਸਕਦਾ ਸਤਿਕਾਰ ਕਰੋ, ਆਪਣੇ ਵੱਡਿਆਂ ਦਾ ਨਸ਼ਿਆਂ ਤੋਂ ਦੂਰ ਰਹੋ। ਅਤੇ ਇਸ ਕਲਾ ਕੇਂਦਰ ਨੂੰ ਮੈਂ ਹਰੇਕ ਨੂੰ ਬੇਨਤੀ ਕਰਦਾ ਸਾਰੇ ਪਰਿਵਾਰਾਂ ਨੂੰ ਵੀ ਆਪਣੇ ਬੱਚਿਆਂ ਨੂੰ ਲੈ ਕੇ ਵੱਧ ਤੋਂ ਵੱਧ ਇਹ ਕਲਾ ਕੇਂਦਰ ਦੇਖਣ ਵਾਸਤੇ ਆਓ, ਤੁਹਾਡੇ ਬੱਚੇ ਕਲਾ ਕ੍ਰਿਤੀਆਂ ਵੇਖਣਗੇ, ਨਸ਼ਿਆਂ ਤੋਂ ਬਚਣਗੇ, ਹੋਰ ਸਮਾਜਿਕ ਬੁਰਾਈਆਂ ਤੋਂ ਬਚਣਗੇ ਅਤੇ ਆਪਣੇ ਹੱਥੀਂ ਬਣਾਉਣਗੇ। ਮੈਂ ਤਾਂ ਹਰੇਕ ਨੂੰ ਕਹਿੰਦਾ ਵੀ ਆਪਣੇ ਹੱਥੀਂ ਬਣਾਓ ਵੱਧ ਤੋਂ ਵੱਧ ਜਿੰਨਾ ਹੋ ਸਕਦਾ। ਰਾਠੀ ਜੀ, ਕਲਾ ਕ੍ਰਿਤੀਆਂ ਤੁਸੀਂ ਬਣਾ ਰਹੇ ਹੋ, ਕਿੰਨੀਆਂ ਕਲਾ ਕ੍ਰਿਤੀਆਂ ਕਿਸ ਚੀਜ਼ ਨੂੰ ਲੈ ਕੇ ਬਣਾਈਆਂ ਤੁਸੀਂ? ਕਲਾਕ੍ਰਿਤੀਆਂ ਆਪਣੇ ਕੋਲ ਗਿਣਤੀ ਤਾਂ ਆਪਾਂ ਤਕਰੀਬਨ ਕੀਤੀ ਨਹੀਂ, ਮੇਰੇ ਹਿਸਾਬ 'ਚ 700 ਦੇ ਤਕਰੀਬ ਹੋਊਗੀ ਸਾਰੀ ਕੁਛ ਘਰੇ ਪਈਆਂ। ਇੱਥੇ ਪੂਰਾ ਨਹੀਂ ਹੈ, ਇਹ ਇੰਨਾ ਕੁ ਨਹੀਂ ਹੈ ਜਿੰਨਾ ਤੁਸੀਂ ਵੇਖਿਆ ਆਪਣੇ ਕੋਲ ਪੰਛੀ ਘਰੇ ਲੈ ਗਏ, ਆਪਾਂ ਚੱਕ ਕੇ ਜਗ੍ਹਾ ਥੋੜ੍ਹੀ ਰਹਿ ਗਈ, ਕਮਰਾ ਛੋਟਾ ਪੈ ਗਿਆ, ਉਸ ਤੋਂ ਬਾਅਦ ਜਿਵੇਂ ਆਪਣੇ ਕੋਲ ਪੰਛੀ ਨੇ ਉਹ ਵੀ ਘਰੇ ਲੈ ਗਏ, ਉਹਦਾ ਟਰੈਕਟਰ ਵੀ ਘਰੇ ਲੈ ਗਿਆ, ਆਪਾਂ ਬੰਦੇ ਵੀ ਘਰੇ ਲੈ ਗਏ, ਵਿਰਸਾ ਵੀ ਘਰੇ ਪਿਆ। ਜਿਵੇਂ ਇਹਨੂੰ ਮੈਂ ਪੂਰਾ ਹੁਣ ਵੱਡਾ ਦਰਸ਼ਕਾਂ ਦੇ ਸਹਿਯੋਗ ਨਾਲ, ਮੈਂ ਤਾਂ ਇਹ ਕਹਿੰਦਾ ਵੀ ਜੇ ਇੱਥੇ ਸਾਡੇ ਪੰਜਾਬ 'ਚ ਜਾਂ ਹੋਰ ਸੂਬਿਆਂ 'ਚ ਪਖੰਡੀ ਬੜਾ ਛੇਤੀ ਅੱਗੇ ਆਉਂਦਾ, ਸੱਚ ਨੂੰ ਸਮਾਂ ਲੱਗਦਾ ਪਰ ਅੱਜ ਨੂੰ ਸੱਚ ਨੂੰ ਵੇਖਣ ਵਾਲੇ ਤਾਂ ਇੰਤਜ਼ਾਰ ਵੀ ਕਰਦੇ ਆ, ਬੈਠਦੇ ਵੀ। ਮੈਂ ਇਹਨਾਂ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਕਿ ਮੇਰੀ ਸੱਚੀ ਕਲਾ ਨੂੰ ਇੱਕ ਦਿਨ ਜ਼ਰੂਰ ਅੱਗੇ ਲੈ ਕੇ ਆਉਣਗੇ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹ ਸੱਚਾਈ ਹੈ, ਤੁਹਾਡੇ ਵੀ ਨੇ 10 ਸਾਲ ਕਹਿ ਦੇਣ ਦੀ ਗੱਲ ਨਹੀਂ, ਇੱਥੇ 10 ਦਿਨ ਅਗਲਾ ਇੰਤਜ਼ਾਰ ਨਹੀਂ ਕਰਦਾ। ਮੈਂ 10 ਸਾਲ 2-2 ਵਜੇ ਰਾਤ ਨੂੰ ਕਰਦਾ ਹੱਥਾਂ 'ਚ ਖਾਧੀਆਂ, ਸਮਾਜ ਲਈ ਜੋ ਕੁਛ ਬਣਾਇਆ ਇਹ ਤੁਹਾਡੇ ਲਈ ਬਣਾਇਆ, ਤੁਹਾਡੇ ਬੱਚਿਆਂ ਲਈ ਬਣਾਇਆ। ਵੱਧ ਤੋਂ ਵੱਧ ਇਹਨੂੰ ਆ ਕੇ ਵੇਖੋ, ਵੱਧ ਤੋਂ ਵੱਧ ਇਹ ਕਲਾ ਕੇਂਦਰ ਨੂੰ ਕਾਮਯਾਬ ਕਰੋ। ਜੇ ਇੱਥੇ ਮਤਲਬ ਤੁਸੀਂ ਵੇਖਦੇ ਹੋ ਹੁਣ ਡਰਾਮੇ ਵਾਲੇ ਛੇਤੀ ਅੱਗੇ ਆ ਜਾਂਦਾ ਅਤੇ ਸੱਚਾਈ ਨੂੰ ਵੀ ਅੱਗੇ ਲੈ ਕੇ ਆਓ। ਜੇ ਆਪਾਂ ਕਹੀਏ ਸੰਦੇਸ਼ ਤੁਸੀਂ ਇਹਨਾਂ ਤੋਂ ਦੇ ਵੀ ਰਹੇ ਹੋ ਲੋਕਾਂ ਨੂੰ, ਤਾਂ ਤੁਸੀਂ ਆਪਦੇ ਵੱਲੋਂ ਕੀ ਸੰਦੇਸ਼ ਦੇਣਾ ਚਾਹੋਗੇ ਕਲਾਕ੍ਰਿਤੀ ਤੋਂ ਇਲਾਵਾ? ਆਪਦੇ ਵੱਲੋਂ ਮੈਂ ਇਹ ਦੇਣਾ ਚਾਹੁੰਦਾ ਵੀ ਜੀ ਵੱਧ ਤੋਂ ਵੱਧ ਜਿਵੇਂ ਸਾਡੇ ਪੰਜਾਬ ਦੀ ਜਵਾਨੀ ਜਿਹੜੀ ਨਸ਼ਿਆਂ ਤੋਂ ਵੱਧ ਤੋਂ ਵੱਧ ਬਚੇ, ਮਾਂ ਬਾਪ ਦਾ ਸਤਿਕਾਰ ਕਰੇ। ਸਭ ਤੋਂ ਵੱਡਾ ਮੇਰਾ ਮੈਸੇਜ ਇਹੀ ਹੈ, ਮੈਂ ਤਾਂ ਆਪਣੇ ਮਾਂ ਬਾਪ ਦਾ ਜਿੰਨਾ ਕੁ ਮੈਥੋਂ ਹੁੰਦਾ ਮੈਂ ਕਰਦਾ। ਤੁਸੀਂ ਵੇਖ ਰਹੇ ਹੋ, ਮੈਂ ਬੱਚਿਆਂ ਨੂੰ ਵੀ ਕਹਿੰਦਾ ਵੀ ਵੱਧ ਤੋਂ ਵੱਧ ਮਾਂ ਪਿਓ ਤੁਹਾਡੇ ਇਸ ਲਈ ਪਹਿਲਾਂ ਸਭ ਤੋਂ ਵੱਡਾ ਰੱਬ ਹੈ। ਕੋਈ ਵੀ ਵੀਰ ਕਿਸੇ ਧਰਮ ਨੂੰ ਮੰਨਦਾ, ਮੈਂ ਇਹ ਨਹੀਂ ਕਹਿੰਦਾ ਵੀ ਨਾ ਮੰਨੋ, ਹਰੇਕ ਧਰਮ ਦਾ ਸਤਿਕਾਰ ਕਰੋ ਸਭ ਤੋਂ ਪਹਿਲਾਂ, ਹੈ ਨਾ, ਅਤੇ ਬਾਅਦ ਆਪਣੇ ਮਾਂ ਬਾਪ ਦਾ ਜ਼ਰੂਰ ਕਰੋ। ਜੇ ਤੁਸੀਂ ਕਿਸੇ ਧਾਰਮਿਕ ਸਥਾਨ 'ਤੇ ਜਾਂਦੇ ਹੋ ਪਹਿਲਾਂ ਆਪਣੇ ਮਾਂ ਪਿਓ ਦੇ ਚਰਨ ਛੋਹ ਕੇ ਫਿਰ ਜਾਓ ਅਤੇ ਆ ਕੇ ਫਿਰ ਛੋਹ, ਉਹਨਾਂ ਤੋਂ ਆਸ਼ੀਰਵਾਦ ਲਓ ਤਾਂ ਤੁਹਾਡੇ ਕੰਮ ਆਪੇ ਸਫਲ ਹੋ ਜਾਣੇ, ਹੈ ਨਾ। ਇਸ ਕਰਕੇ ਪਖੰਡੀਆਂ ਤੋਂ ਬਚੋ, ਜਿਹੜੇ ਪਖੰਡੀ ਆ ਉਹ ਸਾਨੂੰ ਇਸੇ ਕਰਕੇ ਲੁੱਟ ਕੇ ਸਾਡੇ ਪੰਜਾਬ ਦੇ 'ਚ ਬਾਬੇ ਦਾ ਖੁੰਬਾ ਵਾਂਗੂ ਵੱਧ ਜਾਂਦੇ ਆ, ਮੇਰੇ ਵਰਗੇ ਸੱਚ ਵਾਲੇ ਪਿੱਛੇ ਰਹਿ ਜਾਂਦੇ ਆ, ਇਸੇ ਕਰਕੇ ਰਹਿ ਦੇਣਾ ਹਨ। ਇਸ ਕਰਕੇ ਮੈਂ ਕਹਿੰਦਾ ਵੀ ਅੱਜ ਪੰਜਾਬ ਦੀ ਜਵਾਨੀ ਜਿਹੜੀ ਨਸ਼ਿਆਂ ਤੋਂ ਬਚਾਈ ਜਾਵੇ, ਸਾਡੀਆਂ ਸਰਕਾਰਾਂ ਨੇ ਜਿਹੜੀਆਂ ਸਾਡੇ ਪੰਜਾਬ ਨੂੰ ਕੁਝ ਪ੍ਰਫੁੱਲਿਤ ਕਰਨ ਵਾਸਤੇ ਇੱਧਰ ਵੀ ਧਿਆਨ ਦੇਣ, ਵਿਕਾਸ ਵੱਲ, ਇਹ ਕਹਿੰਦਾ ਇਹ ਮੇਰਾ ਸੁਪਨਾ ਵੀ ਵੱਧ ਤੁਹਾਡੇ ਕਲਾ ਕੇਂਦਰ ਦੇ ਵਿੱਚ ਆ ਕੇ ਵੇਖੋ ਸੱਚਾਈ ਨੂੰ। ਇਸ ਵਿੱਚ ਖਾਸ ਗੱਲ ਦੇਖਣ ਨੂੰ ਇਹ ਮਿਲੀ ਹੈ ਕਿ ਗੁਰਮੀਤ ਨੇ ਇਹਨਾਂ ਚੀਜ਼ਾਂ ਨੂੰ ਬਣਾਉਣ ਲਈ ਕਿਸੇ ਕੀਮਤੀ ਚੀਜ਼ ਦੀ ਵਰਤੋਂ ਨਹੀਂ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਅਤੇ ਨਸ਼ੇ ਕਰਨ ਵਾਲੇ ਨੌਜਵਾਨਾਂ ਨੂੰ ਇੱਕ ਸੰਦੇਸ਼ ਵੀ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਹੱਥੀਂ ਕੰਮ ਕਰਨ ਨਾਲ ਸਭ ਕੁਝ ਮਿਲਦਾ ਹੈ। ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।